ਕਹਿੰਦੇ ਆਪਦੇ ਜ਼ਮਾਨੇ ਦਾ ਰਾਜਾ ਈਸ਼ਰ ਹੈ ਮਾਡਲ ਇਹ ਕਿੰਨਾ 2012 ਮਾਡਲ ਹੈ 2,15,000 ਰੁਪਏ ਦੀ ਕੀਮਤ ਨਹੀਂ ਚੰਗੀ ਪਈ ਓਏ ਨਵਾਂ ਹੀ ਪਿਆ 12 ਮਾਡਲ ਵੀ ਮਾਡਲ ਕਿਹੜੇ 84 ਮਾਡਲ ਕੀ ਡਿਮਾਂਡ ਕਰਦੇ 65 ਕੀਤਾ ਹੋਇਆ ਅੱਛਾ 65 ਹੋਇਆ 84 ਦਾ ਵੀ ਅੱਜ ਵੀ ਦੇਖ ਲੈ ਤੂੰ ਧੱਕ ਪਾਉਂਦਾ ਦੇਖ 84 ਮਾਡਲ ਅੱਜ ਵੀ ਧੱਕ ਪਾਉਂਦਾ 235 ਲਿਖਿਆ ਇਹਦਾ ਹਾਂ ਬਾਕੀ ਮੌਕੇ ਤੇ ਜਿਵੇਂ ਹੋ ਕਰਦੇ ਇਸ ਆ ਗਿਆ ਹਾਂ ਇਹ ਆ ਗਿਆ ਇਸ ਮਾਡਲ ਇਹ 14 2,98,000 ਰੁਪਿਆ ਇਹ ਆ ਗਿਆ ਸੋਨਾਲੀਕਾ ਮਿੱਟੀ ਛੇਪ ਚ ਸੋਨਾਲੀਕਾ ਵੀ ਆਈ ਹੈ ਠੀਕ ਪਹਿਲੀ ਵਾਰੀ ਆ ਪਾਵਰ ਟਰੈਕ ਹੈ ਇਹਦੇ ਚ ਮੈਂ ਨਾ ਇੱਕ ਉਹਦਾ ਖਣੀ ਗ੍ਰੇ ਜੇ ਕਲਰ ਦਾ ਹੁੰਦਾ ਹਾਂ ਗ੍ਰੇ ਜੇ ਕਲਰ ਚ ਪਾਵਰ ਟਰੈਕ ਲੈ ਜਮਾਂ ਹੀ ਨਵਾਂ ਬਾਈ ਕਹਿੰਦਾ ਦੇਖ ਬਾਜਾਂ ਵੱਜਦੀਆਂ ਨਾ ਮਗਰੋਂ 1400 ਘੰਟੇ ਚੱਲੇ ਜਮਾਂ ਹੀ ਨਵਾਂ ਟ੍ਰੈਕਟਰ ਹੈ ਮੂਰੇ ਤੁਹਾਡੇ ਖੜਾ ਇਹ ਸਾਰੇ ਕੰਮ ਨੂੰ ਹੀ ਆ ਇਹ ਕੱਲਾ ਟ੍ਰੈਕਟਰ ਨਹੀਂ ਇਹਦਾ ਮਾੜੇ ਜੀ ਸਾਰੇ ਕਿਤੇ ਕੈਮਰਾ ਮੰਗਾਇਓ ਇਹ ਤਾਂ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਤਲਵੰਡੀ ਸਾਬੋ ਕਹਿੰਦੇ ਤਲਵੰਡੀ ਸਾਬੋ ਹੋਰ ਤਾਂ ਸਹੀ ਸ਼੍ਰੀ ਦਮਦਮਾ ਸਾਹਿਬ ਜਿੱਥੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਦੂਜੇ ਪਾਸੇ ਜਿਹੜੇ ਨਾਂ ਨਾਲ ਪ੍ਰਚਲਿਤ ਆ ਉਹ ਟ੍ਰੈਕਟਰਾਂ ਦੀ ਮੰਡੀ ਨਾਲ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਜੀ ਬਾਈ ਇੱਥੋਂ ਦਾ ਹੀ ਬੰਦਾ ਮੇਰਾ ਲਿਆਜੀ ਮੇਰਾ ਵੱਡਾ ਭਰਾ ਕਹਿ ਲਓ ਆਪਾਂ ਸਾਰੀ ਮੰਡੀ ਘੁੰਮਣੀ ਆ ਬਾਈ ਨਾਲ ਆ ਪਹਿਲਾਂ ਤਾਂ ਯਾਰ ਮੈਂ ਦੇਖਾਂ ਤਾਂ ਸਾਰੀ ਜਾਣ ਦੇ ਟ੍ਰੈਕਟਰ ਸਾਰੇ ਪੰਜਾਬ ਦੇ ਟ੍ਰੈਕਟਰ ਇੱਥੇ ਆਉਂਦੇ ਆ ਜੀ ਆਉਂਦੇ ਆ ਸਭ ਤੋਂ ਵੱਡੀ ਮੰਡੀ ਆ ਇਹ ਹਾਂ ਮਾੜਾ ਹੈ ਸਾਈਡ ਦੀ ਯਾਰ ਆਵਾਜ਼ ਨਾਲ ਸਾਡੀ ਕੱਟੀ ਜਾਵੇ ਮਾਈਕਾਂ ਦੀ ਸਾਰੇ ਮਤਲਬ ਜਾਣ ਦੇ ਕਹਿੰਦਾ ਮੋਗੇ ਵੀ ਲੱਗਦੀ ਆ ਮੰਡੀ ਬਰਨਾਲੇ ਵੀ ਸਾਰਿਆਂ ਤੋਂ ਵੱਡੀ ਮੰਡੀ ਆ ਹੁਣ ਤੈਨੂੰ ਐਂ ਦੱਸ ਟ੍ਰੈਕਟਰ ਪਹਿਲਾਂ ਤੇਰੇ ਹਿਸਾਬ ਨਾਲ ਤੈਨੂੰ ਕਿਹੜਾ ਪਸੰਦ ਹੈ ਮੈਨੂੰ ਤਾਂ 855 ਪਸੰਦ ਹੈ 855 ਫਿਰ ਉਹ ਤੋਂ ਹੀ ਸ਼ੁਰੂ ਕਰ ਲਾਂਗੇ ਉਹ ਤੋਂ ਕਰ ਲਾ ਇਹ ਦੇਖੀਏ ਆਪਾਂ ਕੀ ਮਾਡਲ ਰੇਟ ਆ ਇਹ 17 ਮਾਡਲ ਇਹ 2017 ਮਾਡਲ ਹੈ 5,25,000 25,000 855 FV 4 ਸਟਾਰ ਹੈ ਨਾ ਹਾਂਜੀ ਹਾਂ 5 ਸਟਾਰ ਵੀ ਇਹ ਚ ਆਉਂਦਾ ਆ ਦੇਖ ਲੈ ਪੀਟੀ ਟਾਇਰ 2 ਪਾ ਜਿਹੜੇ ਇਹ ਨਵੇਂ ਮੂਰਲੇ ਹਜੇ ਠੀਕ ਠਾਕ ਹੈ ਮਗਰਲੇ ਮਗਰਲੇ ਜਮਾ ਨਵੇਂ ਅਰਗੇ ਹੀ ਹੈ ਤਿੰਨ ਸਿਲੰਡਰ ਟਰੈਕਟਰ ਦੇਖ ਲਓ ਭਾਈ ਟਮਾਟੇ ਰੰਗਾ ਹੈ ਹਾਂ ਹਾਂ ਟਮਾਟੇ ਰੰਗਾ ਤੇ ਅੱਜ ਕੱਲ ਡਰਾਮਾ ਚ ਵੀ ਬਹੁਤ ਚੱਲਦਾ ਬਹੁਤ ਚੱਲਦਾ ਲੱਕੀ ਡਰਾ ਜਿਹੜੇ ਚੱਲਦੇ ਪੰਜਾਬ ਚ ਕਿ ਨਹੀਂ ਅੱਗੇ ਆ ਗਿਆ ਸੋਨਾਲੀਕਾ ਸੋਨਾਲੀਕਾ ਹਰਾ ਨੀਲਾ ਪੀਲਾ ਸਾਰੇ ਹੀ ਆ ਮੈਂ ਸਾਰੇ ਹੀ ਆ ਇੱਥੇ ਆ ਗਿਆ DI-60 ਸੋਨਾਲੀਕਾ ਇਹ 2015 ਮਾਡਲ ਹੈ 4,65,000 ਰੁਪਏ ਦੀ ਕੀਮਤ ਹੈ ਇਹ ਕਿੰਨੇ ਸਿਲੰਡਰ ਹੀ ਆ ਇਹ 4 ਸਿਲੰਡਰ ਹੋ ਮੈਂ ਹਾਂ 4 ਸਿਲੰਡਰ DI-60 ਸਾਈਡ ਗੇਅਰ ਆ ਇਹ ਹਨਾ ਹਾਂ ਸਾਈਡ ਗੇਅਰ ਚੰਗਾ ਟ੍ਰੈਕਟਰ ਭਾਈ ਸੋਹਣਾ ਟਾਇਰ ਟੂਬ ਦੇ ਸਕਦੇ ਬਾਕੀ ਤਲਵੰਡੀ ਸਾਬੋ ਮੰਡੀ ਲੱਗਦੀ ਕਿਹੜੇ ਕਿਹੜੇ ਦਿਨ ਇਹ ਬੁੱਧਵਾਰ ਲੱਗਦੀ ਹੈ ਬੁੱਧਵਾਰ ਕੱਲੇ ਬੁੱਧਵਾਰ ਕੱਲੇ ਬੁੱਧਵਾਰ ਕੱਲੇ ਤੇ ਇਹ ਕੋਈ ਹੈਗੀ ਜਾਂ ਬਈ ਜਾਣਕਾਰੀ ਵੀ ਕਦੋਂ ਕਦੀ ਲੱਗਦੀ ਹੈ ਕੀ ਸਾਹਿਬ ਬਹੁਤ ਟਾਈਮ ਦੀ ਲੱਗਦੀ ਹੈਗੀ ਮੇਰੇ ਤਾਂ ਸੁਰ ਤੋਂ ਪਹਿਲਾਂ ਦੀ ਲੱਗਦੀ ਹੈ ਸੁਰਤ ਤੋਂ ਹਾਂ ਬਈ ਦੇਖਿਆ ਜਾਵੇ ਤੇ ਆ ਅੱਗੇ ਭਾਈ ਕਹਿੰਦੇ ਆਪਦੇ ਜ਼ਮਾਨੇ ਦਾ ਰਾਜਾ ਈਸ਼ਰ ਹੈ ਮਾਡਲ ਇਹ ਕਿੰਨਾ 2012 ਮਾਡਲ ਹੈ 2,15,000 ਰੁਪਏ ਦੀ ਕੀਮਤ ਨਹੀਂ ਚੰਗੀ ਪਈ ਓਏ ਨਵਾਂ ਹੀ ਪਿਆ 12 ਮਾਡਲ ਵੀ 12 ਮਾਡਲ ਈਸ਼ਰ 241 ਡਿਸਕ ਬ੍ਰੇਕ ਟਾਇਰ ਵੀ ਨਵੇਂ ਆ ਟਾਇਰ ਵੀ ਨਵੇਂ ਆ ਮੂਰਲੇ ਠੀਕ ਠਾਕ ਮਗਰਲੇ ਨਵੇਂ 2,15,000 ਨਵੇਂ ਚੜਾਏ ਆ ਨਵੇਂ ਚੜਾਏ ਸਹੀ ਗੱਲ ਆ ਬਾਪੂ ਕਿੱਥੋਂ ਦਾ ਨੰਬਰ ਆ ਜੀ ਪਤਾ ਨਹੀਂ ਬਾਪੂ ਵੀ ਤਾਂ ਬਾਅਦ ਇੱਧਰ ਦਿਖਾਈ ਜਾਂਦੇ ਦਿਖਾਈ ਜਾਂਦੇ ਸਾਡਿਆਂ ਨੂੰ ਅਹੀਂ ਤਾਂ ਆਪ ਨਵੇਂ ਹੀ ਆ ਇਹ ਨਹੀਂ ਪਤਾ ਕਿਹੜੇ ਏਰੀਏ ਦਾ ਹਾਂ ਇਸ ਆ ਗਿਆ ਹਾਂ ਇਹ ਆ ਗਿਆ ਇਸ ਮਾਡਲ ਆ ਇਹ 14 2,98,000 ਰੁਪਿਆ ਇਹ ਆ ਗਿਆ ਸੋਨਾਲੀਕਾ ਮਿੱਟੀ ਛੇਪ ਚ ਸੋਨਾਲੀਕਾ ਵੀ ਆਈ ਹੈ ਹੈ ਆਈ ਹੈ ਤੇ ਆ ਆ ਗਿਆ ਇਹ ਆ ਗਿਆ ਸੋਨਾਲੀਕਾ ਛੇਪ ਚ ਇਸ ਆ ਆ ਗਿਆ ਜੌਂਡੀਅਰ ਦੀ ਛੇਪ ਚ ਹਨਾ ਉਹਦੇ ਵਰਗਾ ਇੰਡੋ ਫਾਰਮ ਇੰਡੋ ਫਾਰਮ ਤੇ 21 ਮਾਡਲ 4,90,000 ਰੁਪਿਆ ਟਰੈਕਟਰ ਦੇਖ ਲਓ ਛਤਰੀ ਲੱਗੀ ਹੈ ਚੰਗਾ ਟਰੈਕਟਰ ਹੈ ਰਿਵਰਸ ਪੀਟੀਓ ਟਰੈਕਟਰ ਸਾਫ ਹੈ ਖੜਾ ਹੈ 30-55 DI ਅੱਗੇ ਫੇਰ ਸਵਰਾਜ ਲੈ ਫੇਰ ਤੇਰਾ ਫੇਵਰਟ ਫੇਰ ਆ ਗਿਆ ਤਲਵੰਡੀ ਸਾਬੋ ਚ ਦੇਖ ਸਾਡੇ ਉਧਰ ਦੱਸਦਾ ਵੀਰੇ ਮੋਗੇ ਮੰਡੀ ਤੇ ਬਰਨਾਲੇ ਚ ਆਹੀ ਆ ਜਿਆਦੇ ਉਧਰ ਵੀ ਸਵਰਾਜ ਚਾਹੇ 745 ਚਾਹੇ 855 ਨੀਲਾ ਲਾਲ 855 ਹੀ ਦਿਸੂ ਯਾਰ ਤੈਨੂੰ ਤਿੰਨ ਸਿਲੰਡਰ ਹੀ ਬਾਕੀ ਚੰਗਾ ਟਰੈਕਟਰ ਹੈ ਹਰੇਕ ਦੇ 2013 ਮਾਡਲ ਹੈ 4,55,000 ਰੁਪਏ ਦੀ ਕੀਮਤ ਹੈ ਇਹ ਤਾਂ ਯਾਰ ਮੈਂ ਨਾ 10 ਮਾਡਲ ਤੋਂ 22 ਤੱਕ ਸਾਰੇ ਖੜੇ ਹੋਣਗੇ ਕਿ ਨਹੀਂ ਅੱਗੇ ਸੋਨਾਲੀਕਾ ਲੈ ਬਈ ਇਹ ਫਾਰਮ ਟਰੈਕ ਦੀ ਸ਼ੇਪ ਵਾਲਾ ਇਹ ਆ ਗਿਆ MM-60 50 ਹਾਰਸ ਪਾਵਰ ਹੈ ਇਹ ਕੈਟਾਗਰੀ ਤੇ ਸੋਨਾਲੀਕਾ ਇੰਟਰਨੈਸ਼ਨਲ ਇੱਕ ਮਿੱਡੀ ਸ਼ੋਅ 'ਚ ਹੈ ਅਤੇ ਇੱਕ ਇਹਦੇ 'ਚ ਹੈ ਦੇਖ ਲਓ ਟ੍ਰੈਕਟਰ ਚੰਗੀ ਕੰਡੀਸ਼ਨ 'ਚ ਅੱਬਲ ਤਾਂ ਜਿੰਨੇ ਤਲਵੰਡੀ ਸਾਬੋ ਟ੍ਰੈਕਟਰ ਹੁੰਦੇ ਆ ਸਾਰੇ ਜਹਾਨ ਦੇ ਸਾਰੀਆਂ ਮੰਡੀਆਂ ਦੇ ਮਿਲਾ ਕੇ ਬੁੱਧਵਾਰ ਇਕੱਠੇ ਹੋ ਜਾਂਦੇ ਆ ਹਨਾ ਅੱਗੇ ਆ ਗਿਆ ਜੀ ਯੋਰੋ ਯਾਰ ਮੈਂ ਤਾਂ ਅੱਧੇ ਦੇਖੀ ਪਹਿਲੀ ਵਾਰੀ ਆ ਪਾਵਰ ਟਰੈਕ ਹੈ ਇਹਦੇ ਚ ਮੈਂ ਨਾ ਇੱਕ ਉਹਦਾ ਖਣੀ ਗ੍ਰੇ ਜੇ ਕਲਰ ਦਾ ਹੁੰਦਾ ਹਾਂ ਗ੍ਰੇ ਜੇ ਕਲਰ ਚ ਪਾਵਰ ਟਰੈਕ ਮਾਡਲ 20 ਹੈ ਤੇ ਇਹਦਾ ਭਾਈ ਪੂਰਾ 6,00,000 ਮੰਗਦੇ ਆ 6,00,000 ਲਿਖਿਆ ਮੈਨੂੰ ਬਾਈ ਕੇ ਹਿੰਦੀ ਵਾਲੇ ਦਾ ਲੱਗਦਾ ਹਰਿਆਣੇ ਵਾਲੇ ਬੰਦਿਆਂ ਦਾ ਲੱਗਦਾ ਮੈਨੂੰ ਡੀਜ਼ਲ ਸੇਵਰ ਜੀ ਇੱਧਰ ਨੂੰ ਚੱਲੇ ਆ ਜਾਓ ਆ ਟ੍ਰੈਕਟਰ ਸਵਰਾਜ ਹਾਂ ਹਾਂ ਆ ਸਵਰਾਜ 855
ਲਾਇਆ ਫੇਰ ਸਵਰਾਜ 855 ਹੀ ਆ ਗਿਆ ਤਾਂ ਮਾਡਲ ਦੇਖੀ ਕਿੰਨਾ ਉਹ ਸਾਹਮਣੇ ਨਹੀਂ ਹਾਂ ਦੇ ਬਈ ਮਾਡਲ ਇਹ 3 ਤੇ 2,75,000 ਰੁਪਇਆ 3 ਮਾਡਲ ਆ ਬਾਈ ਹੁਣ ਬਾਈ ਕਿਹੜਾ ਪਿੰਡ ਆ ਆਹੀ ਤਲਵੰਡੀ ਸਾਬੋ ਤਲਵੰਡੀ ਸਾਬੋ ਆ ਸਵਰਾਜ 855 2003 ਮਾਡਲ ਤੇ 2,75,000 ਰੁਪਇਆ ਜੀ ਆ ਗਿਆ ਮਹਿੰਦਰਾ ਵਾਲਿਆਂ ਦਾ ਅਰਜਨ ਅਰਜਨ 555 DI ਪਾਵਰ ਪਲੱਸ 2019 ਮਾਡਲ 5,50,000 ਰੁਪਇਆ ਅੱਬਲ ਤਾਂ ਜਿੰਨੇ ਟ੍ਰੈਕਟਰ ਆਏ ਮੈਂ ਨਾ ਸਾਰੇ ਚੰਗੇ ਆ ਹੈ ਨਾ ਮੰਡੀ 'ਤੇ ਥੋੜ੍ਹੇ ਰੇਟ 57 ਐੱਚ ਪੀ ਬਾਈ ਕਹਿੰਦਾ ਟ੍ਰੈਕਟਰ ਦੇਖ ਸਕਦੇ ਮੂਹਰੇ ਖੜ੍ਹਾ ਲਾਲ ਰੰਗ ਦਾ ਸਵਰਾਜ ਦੇ ਨਾਲ ਅਰਜਨ ਸੋਨਾਲੀਕਾ ਇਹ ਮੈਨੂੰ ਮਾਡਲ ਡਾਊਨ ਲੱਗਦਾ ਦੇਖ ਇੱਕ ਮਾਡਲ 2,45,000 ਰੁਪਇਆ ਅਤੇ ਮੂਹਰਲੇ ਟਾਇਰ ਠੀਕ ਠਾਕ ਹੈ ਮਗਰਲੇ ਹਜੇ ਚੰਗੇ ਆ ਆਹ ਖੜ੍ਹਾ ਤੁਹਾਡੇ ਸਾਹਮਣੇ ਤੁਹਾਨੂੰ ਇੱਕ ਮਾਡਲ ਤੋਂ ਲੈ ਕੇ 69 ਕੋਲ ਗਏ ਹਾਂ 69 ਰਹਿ ਗਏ ਸੱਚਾ ਹੋ ਆਹ ਦਿਖਾ ਕੇ ਚੱਲ ਗਏ ਚਾਹ ਇਹ ਆ ਗਿਆ 20 ਮਾਡਲ 6,10,000 ਦਾ ਅਰਜਨ 605 DI ਦੇਖ ਲਓ 1400 ਘੰਟੇ ਚੱਲਿਆ ਜਮਾਂ ਹੀ ਨਵਾਂ ਬਾਈ ਕਹਿੰਦਾ ਦੇਖ ਬਾਜਾਂ ਵੱਜਦੀਆਂ ਨਾ ਮਗਰੋਂ 1400 ਘੰਟੇ ਚੱਲਿਆ ਜਮਾਂ ਹੀ ਨਵਾਂ ਟ੍ਰੈਕਟਰ ਹੈ ਮੂਹਰੇ ਤੁਹਾਡੇ ਖੜ੍ਹਾ 6,10,000 ਦਾ ਡਿਮਾਂਡ ਹੈ ਇਹਦੀ ਮੌਕੇ 'ਤੇ ਬਾਕੀ ਕਰ ਲਵਾਂਗੇ ਉਹ ਚੱਲ ਗਏ ਮੈਂ ਵੀ ਆਹ ਉੱਥੋਂ ਨਿਗਾਹ ਪਿਆ ਸਾਡੇ ਜਿਹਨੂੰ ਪੱਟਦਾ ਜੜਾਂ 'ਚੋਂ ਪੱਟਦਾ ਖੜਾ ਵੀ ਪਤੰਦਰ ਕੱਲਾ ਹੀ ਹੈ ਗਰੇਸ ਵੀ ਬੜੀ ਹੈ ਬਾਈ ਸਤਿ ਸ਼੍ਰੀ ਅਕਾਲ ਲੈ ਵੀ ਬਾਈ ਵੀ ਸਿੱਧਾ ਗਿਆ ਬਾਈ ਜੀ ਕਿਹੜਾ ਪਿੰਡ ਹੈ ਮੋੜ ਮੰਡੀ ਅਤੇ ਇਹੀ ਲਿਆਂਦਾ ਫਿਰ 69 ਮੈਂ ਕਿਹਾ ਕੱਲਾ ਹੀ ਵੱਖਰਾ ਹੀ ਖੜਾ ਪਛਾਣ ਵੱਖਰੀ ਹੈ ਅਤੇ ਇਹਦੀ ਵੱਖਰੀ ਬਣਦੀ ਵੀ ਹੈ ਵੀਡੀਓ ਬਣਾਉਣੀ ਟ੍ਰੈਂਡਿੰਗ 'ਚ ਹੈ ਮਾਡਲ ਕਿਹੜੇ 84 ਮਾਡਲ ਆ ਕੀ ਡਿਮਾਂਡ ਕਰਦੇ ਅੱਛਾ 65 ਬਾਈ ਹੋਇਆ 80 ਦਾ ਵੀ ਅੱਜ ਵੀ ਦੇਖ ਲਾ ਤੂੰ ਧੱਕ ਪਾਉਂਦਾ ਦੇਖ 84 ਮਾਡਲ ਅੱਜ ਵੀ ਧੱਕ ਪਾਉਂਦਾ 235 ਲਿਖਿਆ ਇਹਦਾ ਹਾਂ ਬਾਕੀ ਮੌਕੇ ਤੇ ਜਿਵੇਂ ਹੋ ਕਰ ਲਾਂ ਬਾਈ ਇਹ ਦੇਵਤੇ ਦਾ 235 ਹੈ ਹੈਂ ਤੇ ਇਹ ਮੌਕੇ ਤੇ ਕੀਤਾ ਜਾਊ ਕਿਉਂ ਬਈ ਤੇ ਖੜਾ ਹੈ ਕੱਲਾ ਹੀ ਹੈ ਤੇ ਕੱਲਾ ਹੀ ਵਾਧੂ ਹੈ ਇੱਕ ਹਾ ਕਿਵੇਂ ਖੜਾ ਸਟicker ਜੇ ਲਈ ਹੈ ਜਮੰਤਾ ਜੀ ਲਈ ਖੜਾ ਆਹ ਹਾਂ ਭਾਉ ਇਹਦੇ ਮੂਹਰੇ ਜੋੜਿਆ ਵੀ ਬੜਾ ਕੁਸ ਹੈ ਆਹ ਦੇਖੀਏ ਈਸ਼ਰ 242 ਹੈ ਇਹ ਆਈ ਆਈ ਆਇਆ ਸੇਲ ਤੇ ਇਹ ਮੈਨੇ JCB ਪਾਵਰ ਸਾਰਾ ਉਵੇਂ ਕੀਤਾ ਵਿਆ ਕਿ ਨਹੀਂ ਇਹ ਸਾਰੇ ਕੰਮ ਨਹੀਂ ਆ ਇਹ ਕੱਲਾ ਟ੍ਰੈਕਟਰ ਨਹੀਂ ਇਹਦਾ ਮਾੜੇ ਜੀ ਸਾਰੇ ਕਿਤੇ ਕੈਮਰਾ ਮੰਗਾਇਓ ਇਹ ਤਾਂ ਈਸ਼ਰ ਚ ਕਿੰਨੀ ਪਾਵਰ ਆ ਜਿਹੜਾ ਇਹ ਚੱਕਦਾ ਹੈ 4,10,000 ਰੁਪਇਆ ਕੀਮਤ ਹੈ ਇਹਦੀ 4,10,000 ਰੁਪਇਆ ਮਾਡਲ 19 PB03 ਹੈ ਮਗਰ ਹੋ ਕੇ ਦਿਖਾਇਓ ਟ੍ਰੈਕਟਰ ਕਿੱਡਾ ਲੱਗਦਾ ਠੀਕ ਆ ਆਪਣਾ ਹੀ ਠੀਕ ਆ ਬਾਪੂ ਕਿਹੜੀ ਜਗ੍ਹਾ ਜੀ ਜਗ੍ਹਾ ਕਿਹੜੀ ਆਪਣੀ ਆਹੀ ਤਲਵੰਡੀ ਸਾਬੋ ਤੋਂ ਹੀ ਆ ਬਾਪੂ ਜੀ ਹੁਣੀ ਆ ਈਸ਼ਰ ਖੜੇ ਬਾਕੀ ਟ੍ਰੈਕਟਰ ਵੀ ਤਿਆਰ ਕਰਕੇ ਕਰਦੇ ਮੰਡੀ ਤੇ ਲਿਆਉਣੇ ਕੰਪਨੀ ਦਾ ਕੰਪਨੀ ਨਹੀਂ ਕਰਦੇ ਤਾਂ ਬਾਅਦ ਚ ਈਸ਼ਰ ਤੋਂ ਬਾਅਦ ਹੀ ਹੋਇਆ ਨਾ ਇਹ ਮੋਡੀਫਿਕੇਸ਼ਨ ਤਾਂ ਬਾਅਦ ਹੀ ਹੈ ਵੀ ਹੋਰ ਟ੍ਰੈਕਟਰ ਵੀ ਕਰਦੇ ਹੋਗਾ ਆਈ ਜਾਂਦਾ ਕੰਪਨੀ ਨੇ ਬਣਾ ਕੇ ਭੇਜਿਆ ਬਈ ਕੰਪਨੀ ਵੱਲੋਂ ਆਇਆ ਹੀ ਆਏ ਆ ਇਹ ਜੀ ਇੱਧਰ ਵੀ ਈਸ਼ਰ ਖੜਾ ਇੱਧਰ ਵੀ ਯਾਰ ਮੇਲ ਮਿਲਾਪ ਕਰ ਲਈ ਇਹਦੇ ਕਿਤੇ ਜਾਣੇ ਮੂਹਰਦੀ ਚੱਲਦੇ ਇਹਦੇ ਕੋਲੇ ਈਸ਼ਰ ਹੈ 8 ਮਾਡਲ 1,65,000 ਰੁਪਇਆ ਡਿਮਾਂਡ ਇਹਦੀ 8 ਮਾਡਲ ਦੀ 8 ਮਾਡਲ ਹੈ ਆਹ ਨਾਲ ਵਾਲਾ ਮੈਨੂੰ ਕਿਹੜਾ ਲੱਗਦਾ ਨਾਲ ਵਾਲਾ ਦੇਖੀ ਕਿੰਨਾ ਮਾਡਲ ਆ ਆਹ 10 ਹੈ ਦੇਖ ਇਹ ਸ਼ੇਪ ਨਵੀਂ 'ਚ ਆ ਗਿਆ ਹੈ ਨਾ ਹਾਏ ਇਹ ਸ਼ੇਪ ਨਵੀਂ 368 ਈਸ਼ਰ ਅਤੇ 2010 ਮਾਡਲ ਅਤੇ 1,88,000 ਰੁਪਇਆ ਅਤੇ 2 ਇੱਧਰ ਰਹਿ ਗਏ ਆਹ ਭਰਾ ਨਾ ਗੁੱਸਾ ਕਰ ਜਾ ਇੱਧਰ ਲਾ ਆਪਣਾ ਸੋਨਾ ਲੀਕਾ ਬਈ ਕਿਹੜਾ ਪਿੰਡ ਆ ਪੁੱਛੋ ਕਿੰਨਾ ਮਾਡਲ ਆ ਫਿਰ 11 ਮਾਡਲ ਕੀ ਮੰਗਦੇ ਫਿਰ ਇਹਦਾ ਲਿਖਿਆ ਬਈ ਪੜ੍ਹ ਲਾ ਕੇ 2,25,000 ਰੁਪਇਆ ਮੰਗਦੇ 2,25,000 ਰੁਪਇਆ ਮੈਂ ਵੀ ਆ 12 ਮਾਡਲ ਆ ਖੜਾ ਦੇਖ ਲਓ ਸੋਨਾ ਲੀਕਾ PHD 730 ਪਿੰਡੂ ਜੰਕਸ਼ਨ ਤੇ ਸੈਕੰਡ ਆ ਫੇਰ ਆ ਗਿਆ ਦੇਖ ਬਾਈ ਕੱਲੇ ਦੇ ਗਰੇਸ ਹੈ ਧੱਕ ਹੈ ਕਿ ਨਹੀਂ ਮਾਡਲ 97 ਮਾਡਲ 69-11 ਇਹ ਆ 2,10,000 ਤੂੰ ਇਹ ਦੇਖ 97 ਮਾਡਲ ਦਾ 2,10,000 ਰੁਪਇਆ ਤੇ ਇਹਦਾ ਹੱਸ ਕੇ ਰੇਟ ਮਿਲ ਜਾਣਾ ਅੱਜ ਕੱਲ੍ਹ ਡਿਮਾਂਡ ਇੰਨੀ ਹੈ ਕਰੇਜ ਇੰਨਾ ਟ੍ਰੈਂਡਿੰਗ 'ਚ ਅੱਬਲ ਤਾਂ ਜ਼ਿਆਦਾ 69 ਤਿਆਰ ਹੋਣ ਨੂੰ ਹੀ ਜਾਂਦਾ ਹੈ ਨਾ ਤਿਆਰ ਹੋਣ ਨੂੰ ਹੀ ਜਾਂਦਾ ਅਤੇ ਇੱਕ ਟ੍ਰੈਕਟਰ ਰਹਿ ਗਿਆ 2,00,000 ਵਾਲੇ ਵੀ ਦੇਖ ਲਏ 3,00,000 ਵਾਲੇ ਵੀ ਦੇਖ ਲਏ 4,00,000 ਵਾਲੇ ਵੀ ਦੇਖ ਲਏ ਜਮ੍ਹਾਂ ਤਾਜ਼ਾ ਹੀ ਆ ਯਾਰ ਹੈ ਨਾ ਹੈ ਵੀ ਜਮ੍ਹਾਂ ਤਾਜ਼ਾ ਸਟਿੱਕਰ ਵੀ ਨਹੀਂ ਪਤੰਦਰ ਨੇ ਲਾਏ ਸਟਿੱਕਰ ਸਟੁੱਕਰ ਵੀ ਨਹੀਂ ਲਾਏ ਹੈ ਵੀ 5-star ਹੈ ਵੀ 855 PTO ਰਿਵਰਸ ਹੈ ਅਤੇ ਇਹਦਾ ਰੇਟ ਮਾਡਲ ਰੇਟ ਹੈ ਨਹੀਂ ਓਏ ਇਹ ਕਿੰਨੇ ਦਾ ਮੈਨੂੰ ਤਾਜ਼ਾ ਹੀ ਲੱਗਦਾ ਯਾਰ ਇਹਦਾ ਕੋਈ ਹੈ ਨਹੀਂ ਓਨਰ ਕਿੱਥੇ ਇਹਦਾ ਕੀ ਹੈ ਹਾਰ ਹੂਰ ਤਾਂ ਪਾਏ ਆ
ਇਹ ਲਾਟਰੀ ਵਾਲੇ ਆ ਲੈ ਬਾਈ ਕਹਿੰਦਾ ਆ ਸੇ ਓਏ ਥੱਲੇ ਨਹੀਂ ਝਾਕ ਕੇ ਆ ਦੇ ਆ ਲੱਗਿਆ ਯਾਰ ਇਹ ਤਾਂ 250 ਚ ਲਿਖਿਆ ਹੋਇਆ ਇਹਨਾਂ ਦਾ 250 ਦੇਣਾ ਯਾਰ ਐਡਾ ਤਕੜਾ ਟਰੈਕਟਰ ਹੈ ਨਾ ਹੈ ਦੇ ਦੂ ਬੰਦਾ ਮੁਸ਼ਕਲ ਹੈ ਭਾਈ 250 ਚ 8 ਲੱਖ ਦਾ ਟਰੈਕਟਰ ਦੇਣਾ ਜੀਵ ਨਿਕਲੇ ਹੁੰਦੀ ਫੋਨ ਕਰਕੇ ਪਹਿਲਾਂ ਪੁੱਛਣਾ ਬਾਈ 8 ਲੱਖ ਦਾ 250 ਦੇ ਦੇਗਾ ਪੁੱਛ ਲਵੇ 51 ਨਾਮ ਹੋਰ ਵੀ ਹੈ 51 ਨਾਮ ਪੜੂ ਹੋਰ ਰੱਖੀ ਫਿਰ ਤਾਂ ਕੱਢਣਾ ਕਹਿੰਦੇ ਕਿੰਨੇ ਨੂੰ ਇਹ 20 ਮਈ ਨੂੰ ਕੱਢਣਾ ਗਾ 20 ਮਈ ਨੂੰ ਇਹ ਕੱਢਣਾ ਤੇ ਪਹਿਲਾਂ ਵੀ ਬਾਈ ਨੇ ਲੱਗਦਾ ਵੀ ਲਿਖੀਆਂ ਪਈਆਂ ਦੋ ਨਾ ਇੱਕ 10 ਨਾ ਇੰਨਾ ਪਹਿਲਾਂ ਹੀ ਮਿੰਨੀ ਡਰਾ ਜੇ ਕਾਫੀ ਕੱਢਨੇ ਆ ਮਿੰਨੀ ਡਰਾ ਕੋਈ ਅੱਛਾ ਇਹ ਥੋੜੇ ਏਰੀਏ ਦਾ ਹੀ ਆ ਭਾਈ ਇਹਨੂੰ ਪਤਾ ਕਰ ਮੇਰੇ ਖਿਆਲ ਨਾਲ ਹੈ ਨਾਮ ਵੀ ਬਾਬਾ ਇਹਨੂੰ ਆਈ ਪੁੱਛਣਾ ਫੋਨ ਕਰਕੇ ਪਹਿਲਾਂ ਤੇ ਕਿ ਬਾਈ 8 ਲੱਖ ਦਾ ਤੂੰ ਕਿਵੇਂ ਦੇਂਗਾ 250 ਚ ਲੈ ਦੇ ਚੱਲ ਪਹਿਲੇ ਤਾਂ 500 ਲਿਖਿਆ ਹੀ ਮੰਨ ਲਿਆ ਹੁਣ ਤੂੰ 250 ਚ ਕਿਵੇਂ ਦੇਂਗਾ ਦੇ ਇਹਨੂੰ ਬਾਈ ਫੋਨ ਕਰਿਓ ਦੇਖੋ ਇੱਧਰ ਪੁੱਛਿਓ ਸਾਰੇ ਜਾਣੇ ਫੋਨ ਕਰਕੇ ਪੁੱਛਣਾ ਵੀ ਬਾਈ 250 ਚ ਕਿਵੇਂ ਦੇਉਂਗੇ 8 ਲੱਖ ਦਾ ਟਰੈਕਟਰ ਪੁੱਛਣਾ ਫੋਨ ਕਰਕੇ ਫੋਨ ਕਰਕੇ ਫਿਰ ਮੈਨੂੰ ਦੱਸਣਾ ਕੀ ਕਹਿੰਦੇ 8064 3699 9665 4850 23 ਕਿਹੜੀ ਜਗ੍ਹਾ ਖੜਾ ਦਮਦਮਾ ਸਾਹਿਬ ਭਾਈ ਮੰਡੀ ਚ ਖੜੇ ਆਪਾਂ ਬੁੱਧਵਾਰ ਨੂੰ ਭਰਦੀ ਹੈ ਹਰ ਬੁੱਧਵਾਰ ਨੂੰ ਉੱਥੇ ਖੜਾ ਇਹ ਟਰੈਕਟਰ 855 ਹਾਂ ਜਮਾ ਤਾਜਾਗਾ ਸਟicker ਵੀ ਲਾਹੇ ਅਜੇ ਤੱਕ 8 ਲੱਖ ਦਾ ਕਹਿੰਦੇ 250 ਚ ਦੇਣਾ 2500 ਰੁਪਏ ਦੇਣਾ ਹਾਂ ਵੀ ਇਹ ਫੋਨ ਕਰਕੇ ਪੁੱਛਿਓ ਤੇ ਮੈਨੂੰ ਵੀ ਫੋਨ ਤੇ ਦੱਸਿਓ ਵੀ ਕਿਵੇਂ ਦੇਣਾ ਕੀ ਗੱਲਬਾਤ ਹੈ ਅਗਲੀ ਮੰਡੀ ਤੇ ਮਿਲਾਂਗੇ ਧੰਨਵਾਦ।